ਬਰਬਾਦੀ ਬਰਬਾਦੀ ਬਰਬਾਦੀ, ਇਸ਼ਕ ਦੀ ਕਬੱਡੀ ਨੇ ਬਰਬਾਦ ਕਰ ਦਿੱਤੀ ਦੋ ਲੋਕਾਂ ਦੀ ਜ਼ਿੰਦਗੀ। ਇੱਕ ਦੀ ਜਾਨ ਗਈ, ਦੂਸਰਾ ਪਹੁੰਚ ਗਿਆ ਸਲਾਖਾਂ ਦੇ ਪਿੱਛੇ। ਅਤੇ ਆਖਿਰਕਾਰ ਕਬੱਡੀ ਖਿਡਾਰੀ ਦੇ ਇਸ਼ਕ ਦੀ ਕੀ ਕਹਾਣੀ ਸਾਹਮਣੇ ਆਈ, ਆਓ ਤੁਹਾਨੂੰ ਦਿਖਾਉਂਦੇ ਹਾਂ। ਡੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਮੋਹਾਲੀ ਤੋਂ ਰਮੇਸ਼ ਕੁਮਾਰ ਦੀ ਰਿਪੋਰਟ। ਦੇ ਵਾਰ ਕਰਦੇ ਹੋਏ ਇੱਕ ਲੜਕੀ ਨੂੰ ਗੰਭੀਰ ਰੂਪ ਨਾਲ ਘਾਇਲ ਕੀਤਾ, ਉਹਨੂੰ ਇੰਜਰੀ ਕੀਤੀ ਹੈ। ਤੁਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਭ ਤੋਂ ਪਹਿਲਾਂ ਲੜਕੀ ਦੀ ਆਈਡੈਂਟੀਫਿਕੇਸ਼ਨ ਕੀਤੀ, ਜਿਹੜੀ ਕਿ ਬਲਜਿੰਦਰ ਕੌਰ ਸੀਗੀ। ਅਤੇ ਉਹਦੇ ਨਾਲ ਦੇ ਨਾਲ ਹੀ ਆਪਣਾ ਇਸ ਬੰਦੇ ਨੂੰ ਵੀ ਅਸੀਂ ਰਾਊਂਡ ਅਪ ਕੀਤਾ ਹੈਗਾ। ਇਹਦਾ ਨਾਂ ਹੈਗਾ ਸੁਖਚੈਨ ਸਿੰਘ, ਸਮਰਾਲੇ ਦਾ ਰਹਿਣ ਵਾਲਾ। ਤੇ ਇਹ ਜਦੋਂ ਇਹਦੀ ਰਾਊਂਡ ਅਪ ਕੀਤਾ ਗਿਆ ਹੈਗਾ ਤੇ ਇਹਨੇ ਪਬਲਿਕ ਨੇ ਵੀ ਕਾਫੀ ਸਹਿਯੋਗ ਦਿੱਤਾ ਹੈਗਾ। ਤੇ ਇਹਦੇ ਵਿੱਚ ਇਹਨੇ ਮਤਲਬ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਇਹਦੇ ਵਿੱਚ ਇਹਨੇ ਸੱਟਾਂ ਮਾਰੀਆਂ। ਬੇਸਿਕਲੀ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਕਾਫੀ ਟਾਈਮ ਤੋਂ ਜਾਣਦੇ ਸੀ, ਤਕਰੀਬਨ 3-4 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ। ਤੇ ਇਹ ਲੜਕਾ ਉਹਨੂੰ ਮੈਰਿਜ ਵਾਸਤੇ ਚਾਹੁੰਦਾ ਸੀ ਕਿ ਹੋ ਜਾਏ, ਬਟ ਇਹ ਉਹਨੂੰ ਲੜਕੀ ਜਿਹੜੀ ਹੈਗੀ ਆ ਇਹ ਮਤਲਬ ਕਿ ਡਿਨਾਈ ਕਰਦੀ ਸੀਗੀ। ਤੇ ਉਸ ਦੀ ਰੰਜਿਸ਼ ਚ ਆ ਕੇ ਇਹਨੇ ਅੱਜ ਜੋ ਵੀ ਕੀਤਾ ਉਸ ਲੜਕਾ ਜਿਹੜਾ ਹੈਗਾ ਉਹ ਮਤਲਬ 36 ਸਾਲ ਦਾ ਮੁੰਡਾ ਹੈਗਾ, ਜਿਹੜਾ ਕਿ ਸਮਰਾਲੇ ਇੱਕ ਪੈਟਰੋਲ ਪੰਪ ਦੇ ਵਿੱਚ ਉਹ ਮਤਲਬ ਕੰਮ ਕਰ ਰਿਹਾ। ਉਹ ਲੜਕੀ ਲੋਕਲ ਇੱਥੇ ਹੀ ਕੰਮ ਕਰਦੀ ਹੈ, ਤੇ ਉਹ ਮੈਂ ਅਜੇ ਮੈਨੂੰ ਕਲੀਅਰ ਨਹੀਂ ਹੈਗਾ ਕਿਤੇ ਉਹ ਮੈਂ ਦੱਸਦਾ। ਤਕਰੀਬਨ ਸਾਨੂੰ 9:45 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ, 11 ਵਜੇ ਤੱਕ ਇਹਨੂੰ ਅਸੀਂ ਰਾਊਂਡ ਅਪ ਕਰ ਲਿਆ ਸੀ ਉਸੇ ਏਰੀਆ ਦੇ ਵਿੱਚ ਨੇੜੇ ਤੇ ਨਹੀਂ ਉਹੀ ਮੈਂ ਕਹਿ ਰਿਹਾ। ਉਹ ਹੁਣ ਇੱਥੇ ਡਾਕਟਰਸ ਕੋਲ ਅਸੀਂ ਲਿਆ ਆਏ ਹਾਂ, ਇਹ ਸਾਰਾ ਪਾਰਟ ਆਫ ਦੀ ਮੈਡੀਕਲ ਉਹਦੀ ਹਿਸਟਰੀ ਚੈੱਕ ਕੀਤੀ ਜਾਏਗੀ ਤੇ ਨਾਲ ਦੇ ਨਾਲ ਹੀ ਇਨਵੈਸਟੀਗੇਸ਼ਨ ਦਾ ਵੀਡੀਓ ਇਸ ਸੈਲਫ ਐਵੀਡੈਂਟ ਜਿੰਨੇ ਨੇ ਵਾਰ ਕੀਤੇ ਨੇ ਵੀਡੀਓ ਸਾਰਿਆਂ ਕੋਲ ਹੀ ਹੈ, ਸਾਰੇ ਹੀ ਸੈਲਫ ਐਵੀਡੈਂਟ ਨੇ। ਐਸਪੀ ਸਾਹਿਬ ਝਗੜਾ ਹੋਇਆ ਸੀ ਆਪਸ ਵਿੱਚ ਪਹਿਲਾਂ ਇਸ ਕਰਕੇ ਹੋਇਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੁੱਛ ਰਹੇ ਸੀ ਤੁਸੀਂ? ਉਹ ਸਾਰਾ ਇਜ਼ ਅ ਪਾਰਟ ਆਫ ਦੀ ਇਨਵੈਸਟੀਗੇਸ਼ਨ। ਅਜੇ ਮਤਲਬ ਜੋ ਸਾਨੂੰ ਵੀਡੀਓ ਆਇਆ, ਵੀਡੀਓ ਦੇ ਬੇਸ ਤੇ ਅਸੀਂ ਪਹਿਲਾਂ ਪ੍ਰਾਇਮਰੀਲੀ ਇਹ ਹੁੰਦਾ ਕਿ ਬੰਦੇ ਨੂੰ ਅਸੀਂ ਆਈਡੈਂਟੀਫਾਈ ਕਰਕੇ ਉਹਨੂੰ ਰਾਊਂਡ ਅਪ ਕੀਤਾ ਜਾਵੇ। ਉਹ ਸਾਡਾ ਸਾਰਾ ਜਿਹੜਾ ਹੈਗਾ ਉਹ ਹੋ ਗਿਆ। ਕੋਈ ਰਿਲੇਸ਼ਨਸ਼ਿਪ ਵੀ ਸੀਗੇ ਕਿ ਸਰ ਪੁੱਛ ਰਿਹਾ ਸੀ? ਆਲਰੇਡੀ ਤੁਹਾਨੂੰ ਦੱਸਦਾ ਕਿ 3-4 ਸਾਲ ਤੋਂ ਇਹ ਮਤਲਬ ਆਪਸ ਚ ਜਾਣਦੇ ਸੀਗੇ, ਤੇ ਉਸ ਬੇਸਿਸ ਤੇ ਮਤਲਬ ਕਿ ਕੋਈ ਮੈਰਿਜ ਪ੍ਰਪੋਜ਼ਲ ਸੀਗਾ ਜਿਹੜਾ ਗਲਤ ਹੋ ਗਿਆ। ਸਰ ਅੱਜ ਸਮਰਾਲੇ ਤੋਂ ਬਕਾਇਦਾ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ ਜਾਂ ਅੱਗੇ ਵੀ ਆਉਂਦਾ ਜਾਂਦਾ? ਲੱਗਦੇ ਹੀ ਰਹੇ ਲੱਗੇ। ਹਾਂਜੀ, ਇਹ ਅਜੇ ਮੈਂ ਕਹਿ ਨਹੀਂ ਸਕਦਾ।